ਲੁਕੀਮੀਆ ਬਹੁਤ ਭਿਆਨਕ ਬਿਮਾਰੀ ਹੈ ਜੋ ਕੈਂਸਰ ਦਾ ਇੱਕ ਰੂਪ ਹੈ। ਫ੍ਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਬੀਤੇ ਦਿਨ ਭਾਰਤੀ ਮੂਲ ਦੇ ਕਰਮ ਕੌਰ ਅਤੇ ਸਾਹਿਲ ਨੂੰ ਲੁਕੀਮੀਆ ਦੀ ਬਿਮਾਰੀ ਤੋਂ ਬਚਾਉਣ ਦੇ ਲਈ ਬੋਨ ਮੈਰੋ ਦੀ ਮੈਚਿੰਗ ਲਈ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੱਚਿਆਂ ਨੇ ਬੂਥ ਲਗਾਇਆ। ਪੇਸ਼ ਹੈ ਖਾਸ ਰਿਪੋਰਟ। ਫ੍ਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੱਚਿਆਂ ਨੇ ਬੋਨ ਮੈਰੋ ਦੀ ਮੈਚਿੰਗ ਲਈ ਬੂਥ ਲਗਾਇਆ। ਇਹ ਬੂਥ ਭਾਰਤੀ ਮੂਲ ਦੀ ਕਰਮ ਕੌਰ ਅਤੇ ਸਾਹਿਲ ਨੂੰ ਲੁਕੀਮੀਆ ਦੀ ਬਿਮਾਰੀ ਤੋਂ ਬਚਾਉਣ ਦੇ ਲਈ ਲਗਾਇਆ ਗਿਆ। ਇੱਥੇ ਬਹੁਤ ਸਾਰੀਆਂ ਸੰਗਤਾਂ ਨੇ ਆਪਣੇ ਬੋਨ ਮੈਰੋ ਦਾਨ ਦੇਣ ਲਈ ਆਪਣੇ ਨਾਂ ਰਜਿਸਟ੍ਰੇਸ਼ਨ ਕਰਵਾਏ ਅਤੇ ਆਪਣੇ ਬੋਨ ਮੈਰੋ ਦੇ ਸੈਂਪਲ ਵੀ ਦਿੱਤੇ, ਜੋ ਮੈਚਿੰਗ ਦੀ ਟੈਸਟਿੰਗ ਕਰਨ ਲਈ ਲੈਬ ਵਿੱਚ ਭੇਜ ਦਿੱਤੇ ਜਾਂਦੇ ਨੇ। ਦੁਨੀਆਂ ਵਿੱਚ ਇਨਸਾਨਾਂ ਦੇ ਆਪਸੀ ਬੋਨ ਮੈਰੋ ਬਹੁਤ ਘੱਟ ਮਿਲਦੇ ਨੇ, ਪਰ ਅਗਰ ਕਿਸੇ ਦਾ ਆਪਸੀ ਬੋਨ ਮੈਰੋ ਮਿਲ ਜਾਵੇ ਤਾਂ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ। ਇਹਨਾਂ ਬੱਚਿਆਂ ਦੁਆਰਾ ਕੈਲੀਫੋਰਨੀਆ ਦੇ ਵੱਖ ਵੱਖ ਗੁਰੂ ਘਰਾਂ ਅਤੇ ਪਬਲਿਕ ਥਾਵਾਂ ਤੇ ਬੂਥ ਲਗਾ ਕੇ ਬੋਨ ਮੈਰੋ ਦੀ ਸਹੀ ਮੈਚਿੰਗ ਲਈ ਯਤਨ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਗਤਾਂ ਅਤੇ ਟੀਮਾਂ ਅਮੈਰੀਕਾ, ਕੈਨੇਡਾ ਅਤੇ ਭਾਰਤ ਆਦਿਕ ਦੇਸ਼ਾਂ ਵਿੱਚ ਵੀ ਬੋਨ ਮੈਰੋ ਦੇ ਦਾਨ ਕਰਨ ਦੇ ਚਾਹਵਾਨਾਂ ਦੇ ਸੈਂਪਲ ਲੈ ਰਹੀਆਂ ਨੇ। ਫ੍ਰਿਜ਼ਨੋ ਦੇ ਇਸ ਰਜਿਸਟ੍ਰੇਸ਼ਨ ਬੂਥ ਸਮੇਂ ਸੇਵਾ ਨਿਭਾ ਰਹੇ ਰੁਪਿੰਦਰ ਕੌਰ ਅਤੇ ਹਰਪ੍ਰਤਾਪ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਇਸ ਪ੍ਰਕਿਰਿਆ ਦੇ ਬਾਰੇ ਵਿਸਥਾਰ ਦੇ ਨਾਲ ਦੱਸਿਆ ਕਿ ਬੋਨ ਮੈਰੋ ਦਾਨ ਕਰਨ ਵਾਲੇ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਅਤੇ ਸਰੀਰ ਹਫ਼ਤੇ ਭਰ ਵਿੱਚ ਆਪਣੇ ਆਪ ਰਿਕਵਰੀ ਕਰ ਲੈਂਦਾ ਹੈ। ਇਸ ਦੇ ਨਾਲ ਲੋੜਵੰਦ ਦੀ ਜ਼ਿੰਦਗੀ ਬਚ ਜਾਂਦੀ ਹੈ, ਜੋ ਕਿ ਇਨਸਾਨੀਅਤ ਦੇ ਤੌਰ ਤੇ ਇੱਕ ਬਹੁਤ ਵਧੀਆ ਉਪਰਾਲਾ ਹੈ। ਹੁਣ ਅਗਲਾ ਰਜਿਸਟ੍ਰੇਸ਼ਨ ਬੂਥ 20 ਜੁਲਾਈ ਨੂੰ ਸ਼ਹਿਰ ਲਿਵਰ ਮੋੜ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੇਗਾ। ਆਪਣਾ ਬੋਨ ਮੈਰੋ ਦਾਨ ਦੇਣ ਦੇ ਚਾਹਵਾਨ ਆਪਣਾ ਨਾਂ ਰਜਿਸਟ੍ਰੇਸ਼ਨ ਕਰਵਾ ਕੇ ਸੈਂਪਲ ਦੇ ਸਕਦੇ ਨੇ। ਅਗਰ ਬੋਨ ਮੈਰੋ ਮੈਚਿੰਗ ਹੁੰਦਾ ਹੈ ਤਾਂ ਹਸਪਤਾਲ ਦੀ ਟੀਮ ਤੁਹਾਡੇ ਨਾਲ ਆਪ ਸੰਪਰਕ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਇੱਕ ਸਹੇਲੀ ਨੇ, ਇਹਨਾਂ ਦਾ ਨਾਂ ਕਰਮ ਕੌਰ ਹੈ, ਟੋਰਾਂਟੋ 'ਚ ਰਹਿੰਦੇ ਨੇ ਅਤੇ ਇਹ ਵੈਸੇ ਅੱਖਾਂ ਦੇ ਡਾਕਟਰ ਬਣਨ ਦੀ ਕੋਸ਼ਿਸ਼ ਕਰਨ ਡੇ ਸੀ ਜਦੋਂ ਇਹਨਾਂ ਨੂੰ ਲੁਕੀਮੀਆ ਹੋ ਗਿਆ ਸੀਗਾ। ਲੁਕੀਮੀਆ ਇੱਕ ਕੈਂਸਰ ਹੈ ਖੂਨ ਦਾ, ਅਤੇ ਇਸ ਵੇਲੇ BT Stage 4 'ਤੇ ਹੈ, ਅਤੇ ਅਸੀਂ ਹੁਣ ਗੁਰਦੁਆਰੇ 'ਚ ਜਾਣ ਡੇ ਹਾਂ, ਪੂਰੀ ਦੇਸ਼ ਆਪਾਂ ਜਾਣ ਡੇ ਹਾਂ, ਯੂਨਾਈਟਡ ਸਟੇਟਸ, ਕੈਨੇਡਾ, ਇੰਡੀਆ, ਇੰਗਲੈਂਡ, ਅਤੇ ਸਾਰੇ ਆਪਾਂ ਸੇਵਾਦਾਰ ਆਪਾਂ ਇਹਨਾਂ ਵਾਸਤੇ ਬੋਨ ਮੈਰੋ ਲੱਭਣ ਦੀ ਕੋਸ਼ਿਸ਼ ਕਰਨ ਡੇ ਹਾਂ। ਜਿਹੜੀ ਬੋਨ ਮੈਰੋ ਹੁਣ ਜਿਹੜਾ ਜਿਸ ਸਰੀਰ ਨੂੰ ਲੁਕੀਮੀਆ ਹੋ ਜਾਂਦਾ ਉਹਨਾਂ ਦਾ ਖੂਨ ਕਾਫੀ ਘੱਟ ਜਾਂਦਾ ਹੈ, ਅਤੇ ਜਿਹੜਾ ਬੋਨ ਮੈਰੋ ਉਹ ਖੂਨ ਹੋਰ ਵਧਾ ਸਕਦਾ ਹੈ, ਵੀ ਜਿਹੜਾ ਖੂਨ ਉਹ ਹੀ ਪ੍ਰਾਣੀ ਦੇ ਸਕਦੇ ਵੀ ਜਿਹਨਾਂ ਦਾ ਪੂਰਾ ਮੈਚ ਹੋਵੇ, ਅਤੇ ਪੂਰਾ ਤੋਂ ਪੂਰਾ ਮੈਚ ਲੱਭਣ ਨੂੰ ਸਿਰਫ ਸਾਰੇ ਪੂਰੇ ਦੇਸ਼ ਸਿਰਫ 9 ਤੋਂ 10 ਪ੍ਰਾਣੀ ਦੇ ਸਕਦੇ ਨੇ। ਅਤੇ ਆਪਾਂ ਜਿਹੜੇ ਸੇਵਾਦਾਰ ਕੀ ਕਰਨ ਦੀ ਕੋਸ਼ਿਸ਼ ਕਰਨ ਡਿਆ ਵੀ ਆਪਾਂ ਉਸੀ ਸੇਵਾਦਾਰ ਨੂੰ ਲੱਭਣ ਦੀ ਕੋਸ਼ਿਸ਼ ਕਰਨ ਵੀ ਜਿਹੜਾ ਆਪਣਾ ਬੋਨ ਮੈਰੋ ਦੇ ਸਕਣ। ਕੋਈ ਫੀਸ ਨਹੀਂ ਹੈਗੀ, ਬਿਲਕੁਲ ਫਰੀ ਆ। ਜਿਹੜਾ ਅਸੀਂ ਇੱਥੇ ਕਰਵਾਉਣ ਡੇ ਹਾਂ ਵੀ ਇੱਕ ਛੋਟਾ ਜਿਹਾ ਆਪਾਂ ਥੁੱਕ ਲੈਣਾ ਆ, ਥੁੱਕ ਨੂੰ ਇਲਾਜ ਭੇਜ ਦੇਣਾ, 4 ਤੋਂ 6 ਹਫ਼ਤਿਆਂ ਤੋਂ ਬਾਅਦ ਫਿਰ ਇੱਕ ਡਾਕਟਰ ਸਾਹਿਬ ਦਾ ਤੁਹਾਨੂੰ ਫੋਨ ਆਊਗਾ ਅਤੇ ਉਹਨਾਂ ਨੇ ਤੁਹਾਨੂੰ ਦੱਸਣਾ ਜੇ ਤੁਸੀਂ ਆਪਣਾ ਮੈਚ ਦੇ ਸਕਦੇ ਹਾਂ, ਤੁਸੀਂ ਕਰਮ ਵਾਸਤੇ ਦੇ ਸਕਦੇ, ਤੁਸੀਂ ਕਿਸੇ ਦੇ ਵਾਸਤੇ ਵੀ ਦੇ ਸਕਦੇ ਹਾਂ। ਇੱਕ ਹੋਰ ਸਾਡੇ ਇੱਕ ਵੀਰ ਨੇ ਸਹੇਲ ਸਹੋਤਾ, ਉਹ ਵੀ ਇੱਥੇ ਪ੍ਰੈਜੈਂਟ 'ਚ ਰਹਿੰਦੇ ਨੇ ਅਤੇ ਉਹਨਾਂ ਨੂੰ 2 ਤਰ੍ਹਾਂ ਦੇ ਲੁਕੀਮੀਆ ਹੋਇਆ ਇਸ ਵਾਰੀ, ਅਤੇ ਬਿਲਕੁਲ ਫਰੀ ਆ, ਕੋਈ ਖਰਚਾ ਨਹੀਂ ਹੈਗਾ ਤੁਹਾਡਾ, ਸਿਰਫ ਥੁੱਕ ਲੈ ਕੇ ਅਤੇ ਤੁਸੀਂ ਇਲਾਜ ਜਾਣਾ ਆ, ਅਤੇ ਤੁਸੀਂ ਜਿਸ ਤਰੀਕੇ ਨਾਲ ਅਸੀਂ ਖੂਨ ਦੇਣੇ ਉਸ ਤਰੀਕੇ ਨਾਲ ਉਹਨਾਂ ਨੇ ਇੱਥੇ ਹੱਡੀ ਤੋਂ ਤੁਸੀਂ ਉਹਨਾਂ ਨੇ ਕਰਵਾ ਲੈਣਾ। 1 ਤੋਂ 5% 1 ਤੋਂ 5% 5-7 ਦਿਨ ਲੱਗੋਗੇ ਪੂਰੀ ਰਿਕਵਰੀ ਹੋਣ ਨੂੰ, ਅਤੇ ਉਸ ਤੋਂ ਬਾਅਦ ਕੁਛ ਨਹੀਂ ਹੈਗਾ। ਕੋਈ ਫੀਸ ਨਹੀਂ, ਕੋਈ ਵੱਡੀ ਸਰਜਰੀ ਨਹੀਂ ਹੈਗੀ, ਬਹੁਤ ਸੌਖਾ ਪ੍ਰੋਸੀਜਰ ਆ। ਜੇ ਤੁਸੀਂ ਸੇਵਾ ਕਰਵਾ ਸਕਦੇ ਹਾਂ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਫ੍ਰਿਜ਼ਨੋ ਦੇ ਰਹਿਣ ਵਾਲੇ ਹਾਂ ਅਤੇ ਸਾਡੇ ਨਾਲ ਹੋਰ ਸੇਵਾਦਾਰ ਨੇ, ਬੱਚੇ ਨੇ, ਜਿਹੜੇ ਕਿ ਅਸੀਂ ਇੱਕ ਡਰਾਈਵ 'ਚ ਕਰ ਰਹੇ ਹਾਂ। ਬੀ ਦਾ ਮੈਚ ਜਿਹੜੀ ਕਿ ਬੋਨ ਮੈਰੋ ਡੋਨੇਸ਼ਨ ਲਈ ਰਜਿਸਟਰੀ ਹੈਗੀ ਆ ਜੀ। ਇੱਥੇ ਬੇਟੀ ਕਰਮ ਕੌਰ ਆ ਜਿਨ੍ਹਾਂ ਨੂੰ ਕਿ ਬਲੱਡ ਕੈਂਸਰ ਆ, ਅਤੇ ਬੇਟਾ ਇੱਥੇ ਇੱਕ ਲੋਕਲ ਆਪਣੇ ਫ੍ਰਿਜ਼ਨੋ ਦਾ ਆ ਜਿਹਦਾ ਨਾਮ ਸਾਹਿਲ ਆ, ਉਹਨੂੰ ਬਲੱਡ ਕੈਂਸਰ ਆ। ਇਹਨਾਂ ਨੂੰ ਬੋਨ ਮੈਰੋ ਦੀ ਡੋਨੇਸ਼ਨ ਦੀ ਲੋੜ ਆ ਜੀ। ਬੋਨ ਮੈਰੋ ਦੀ ਡੋਨੇਸ਼ਨ ਬਹੁਤ ਹੀ ਰੇਅਰ ਮੈਚ ਕਰਦੀ ਆ, ਅਤੇ ਆਪਣੀ ਇੰਡੀਅਨ ਕਮਿਊਨਿਟੀ ਸਿਰਫ 3% ਰਜਿਸਟਰਡ ਆ ਬੋਨ ਮੈਰੋ ਡੋਨੇਸ਼ਨ 'ਚ, ਅਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇੰਡੀਅਨ ਰਜਿਸਟਰ ਕਰਕੇ ਚਾਂਸਿਸ ਵੱਧ ਜਾਂਦੇ ਨੇ, ਜਿੰਨਾ ਪੇਸ਼ੈਂਟ ਇੰਡੀਅਨ ਪੇਸ਼ੈਂਟ ਨੂੰ ਬਲੱਡ ਕੈਂਸਰ ਆ ਕਿ ਉਹਨਾਂ ਨੂੰ ਬੋਨ ਮੈਰੋ ਦੀ ਡੋਨੇਸ਼ਨ ਮਿਲ ਸਕੇ। ਬੋਨ ਮੈਰੋ ਡੋਨੇਟ ਕਰਨਾ ਬਹੁਤ ਸੇਫ ਆ, ਤੁਹਾਡੀ ਦੁਬਾਰਾ ਬਿਲਡਅਪ ਹੋ ਜਾਂਦੀ ਆ ਜੀ, ਅਤੇ ਕੋਈ ਇਹ 'ਚ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਅਤੇ ਸਾਡੀ ਸਾਰਿਆਂ ਨੂੰ ਗੁਜ਼ਾਰਿਸ਼ ਆ ਕਿ ਪਲੀਜ਼ ਜ਼ਰੂਰ ਆ ਕੇ ਬੀ ਦਾ ਮੈਚ ਨਾਲ ਰਜਿਸਟਰ ਕਰੋ। ਅਤੇ ਜੇ ਤੁਹਾਡੇ ਕੋਲ ਕੋਈ ਕੁਐਸਚਨ ਆ, ਮੇਰਾ ਨਾਮ ਹਰਪ੍ਰਤਾਪ ਸਿੰਘ ਆ, ਮੇਰਾ ਫੋਨ ਨੰਬਰ 7025961880 ਆ ਜੀ। ਅਤੇ ਸਾਨੂੰ ਉਮਰ 18 ਤੋਂ 44 ਸਾਲ ਦੀ ਉਮਰ ਤੱਕ ਦੇ ਯੰਗ ਅਡਲਟਸ, ਹੈਲਦੀ ਅਡਲਟਸ ਦੀ ਲੋੜ ਆ। ਜੇ ਤੁਹਾਨੂੰ ਕੋਈ ਖੰਘ ਜ਼ੁਕਾਮ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਬੁਖਾਰ ਆ, ਪ੍ਰੈਗਨੈਂਟ ਹੋ, ਤੁਸੀਂ ਤਾਂ ਵੀ ਡੋਨੇਟ ਕਰ ਸਕਦੇ ਹੋ। ਅੱਜ ਇਹ ਨਹੀਂ ਪਤਾ ਕਿ ਤੁਹਾਡਾ ਅੱਜ ਹੀ ਮੈਚ ਹੋ ਜਾਵੇ, ਤੁਹਾਡਾ ਮਹੀਨੇ ਨੂੰ ਹੋਵੇ, ਸਾਲ ਨੂੰ ਹੋਵੇ, ਪਰ ਜੇ ਤੁਸੀਂ ਕਿਸੇ ਜ਼ਿੰਦਗੀ ਬਚਾ ਸਕਦੇ ਹੋ ਤਾਂ ਪਰਮਾਤਮਾ ਵੱਲੋਂ ਤੁਹਾਡੇ 'ਤੇ ਹੀ ਕਿਰਪਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਕੀਮੀਆ ਜੋ ਕੈਂਸਰ ਦੀ ਤਰ੍ਹਾਂ ਭਿਆਨਕ ਬਿਮਾਰੀ ਆ, ਇਸ ਬਿਮਾਰੀ ਤੋਂ ਬਚਣ ਦੇ ਲਈ ਇੱਕੋ ਸਾਧਨ ਹੈ ਡਾਕਟਰਾਂ ਅਨੁਸਾਰ ਕਿ ਬੋਨ ਮੈਰੋ
ਟਰਾਂਸਪਲਾਂਟ ਕੀਤਾ ਜਾਵੇ, ਬਦਲਿਆ ਜਾਵੇ। ਇੱਕ ਤੰਦਰੁਸਤ ਵਿਅਕਤੀ ਦਾ ਬੋਨ ਮੈਰੋ ਦੂਜੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ। ਇਸ ਦੇ ਵਿੱਚ ਕੋਈ ਔਖਿਆਈ ਜਾਂ ਕਠਿਨਾਈ ਨਹੀਂ। ਸੋ ਕਰਮ ਕੌਰ ਜੋ ਕਿ ਬਹੁਤ ਯੰਗ ਬੱਚੀ ਹੈ ਅਤੇ ਉਸਨੂੰ ਅਤੇ ਸਾਹਿਲ ਨੂੰ ਬਚਾਉਣ ਦੇ ਲਈ ਫਰਿਜ਼ਨਰ ਨਿਵਾਸੀ ਰੁਪਿੰਦਰ ਕੌਰ ਅਤੇ ਸਾਥੀਆਂ ਨੇ ਥਾਂ ਥਾਂ 'ਤੇ ਗੁਰੂ ਘਰ ਜਾ ਕੇ ਬੂਥ ਲਾਏ ਅਤੇ ਬੋਨ ਮੈਰੋ ਦੇ ਸੈਂਪਲ ਲਏ ਅਤੇ ਇੱਕ ਬਹੁਤ ਵਧੀਆ ਉਪਰਾਲਾ ਇਹੋ ਜਿਹੇ ਇਨਸਾਨ ਇਨਸਾਨੀਅਤ ਦੀ ਮਦਦ ਕਰ ਸਕਦਾ ਬੋਨ ਮੈਰੋ ਦੇ ਨਾਲ। ਫਰਿਜ਼ਨਰ ਤੋਂ ਮੈਂ ਕੁਲਵੰਤ ਭਿਤਾਲੀਆ ਆਪਣੇ ਸਾਥੀ ਨੀਟਾ ਮਾਸ਼ੀ ਕੈਮਰਾ ਇੱਕ ਰਾਜ।